ਰਚਪਾਲਕ اور ਗਿੱਲ ਦੀ ਪੁਸਤਕ ਟਾਣੀਆਂ ਟੁੱਟੇ ਦੀ ਕਹਾਣੀ ਹੈ ਫਾਦਰਜ਼ਡੇ 2.5 ਸਾਲ ਸਪਲਾਈ ਟੀਚਿੰਗ ਤੋਂ ਬਾਅਦ ਜਦੋਂ ਮਿਸ਼ੈਲ ਨੂੰ ਅਧਿਆਪਕ ਦੇ ਤੌਰ ਤੇ ਪੱਕੀ ਨੌਕਰੀ ਮਿਲੀ ਤਾਂ ਸਭ ਤੋਂ ਵੱਧ ਉਹਨੂੰ ਇਸ ਗੱਲ ਦੀ ਖੁਸ਼ੀ ਹੋਈ ਕਿ ਉਹਦੇ ਨਾਲ ਦੇ ਗ੍ਰੇਡ 5 ਦੀ ਕਲਾਸ ਦੀ ਅਧਿਆਪਕਾ ਮਿਸਿਸ ਸਕਾਟ ਬਹੁਤ ਤਜਰਬੇ ਵਾਲੀ ਸੀ ਕਿਉਂਕਿ ਉਹਨੂੰ ਪੜਾਉਂਦਿਆਂ ਕੋਈ 30 ਸਾਲ ਤੋਂ ਵਧੇਰੇ ਸਮਾਂ ਹੋ ਚੁੱਕਾ ਸੀ ਸਕੂਲ ਵਿੱਚ ਹਰ ਗ੍ਰੇਡ ਦੀਆਂ ਤਕਰੀਬਨ 2-2 ਜਮਾਤਾਂ ਹੋਣ ਕਰਕੇ ਇੱਕੋ ਹੀ ਗ੍ਰੇਡ ਵਾਲੇ ਅਧਿਆਪਕ ਰਲ ਕੇ ਪੜਾਉਣ ਦਾ ਪ੍ਰੋਗਰਾਮ ਬਣਾਉਂਦੇ ਸਨ ਮਿਸ਼ੈਲ ਨੂੰ ਜਦੋਂ ਵੀ ਕਿਸੇ ਮਦਦ ਦੀ ਲੋੜ ਪੈਂਦੀ ਤਾਂ ਉਹ ਛੱਟ ਮਿਸਿਸ ਸਕਾਟ ਤੋਂ ਪੁੱਛ ਲੈਂਦੀ ਮਿਸਿਸ ਸਕਾਟ ਵੀ ਕਾਫੀ ਖੁੱਲੇ ਡੁੱਲੇ ਸੁਭਾਅ ਦੀ ਸੀ ਉਹ ਹਮੇਸ਼ਾ ਮਿਸ਼ੈਲ ਦੀ ਮਦਦ ਲਈ ਤਿਆਰ ਰਹਿੰਦੀ ਹਰੇਕ ਵਿਸ਼ੇ ਦੀ ਸਾਲ ਭਰ ਦੀ ਤੇ ਤਿਮਾਹੀ ਦੀ ਯੋਜਨਾ ਉਹਨਾਂ ਨੇ ਰਲ ਕੇ ਬਣਾਈ ਉੰਜ ਤਾਂ ਮਿਸ਼ੈਲ ਦੀ ਮਾਂ ਵੀ ਰਿਟਾਇਰਡ ਅਧਿਆਪਕਾ ਸੀ ਉਹਦਾ ਬਾਪ ਇੱਕ ਡਾਕਟਰ ਸੀ ਮਾਂ ਨੇ ਜਲਦੀ ਰਿਟਾਇਰਮੈਂਟ ਲੈ ਲਈ ਤੇ ਬਾਪ ਦੇ ਕਲੀਨਿਕ 'ਚ ਸੈਕਟਰੀ ਦਾ ਕੰਮ ਕਰਨ ਲੱਗ ਪਈ ਉਹਨਾਂ ਦੀ ਇਹ ਪ੍ਰੈਕਟਿਸ ਇੱਕ ਛੋਟੇ ਜਿਹੇ ਕਸਬੇ ਵਿੱਚ ਸੀ ਜਿੱਥੇ ਕੋਈ ਡਾਕਟਰ ਹੋਣ ਕਾਰਨ ਉਹਨਾਂ ਦੀ ਜ਼ਿੰਦਗੀ ਬਹੁਤ ਰੁਝੇਵਿਆਂ ਭਰੀ ਸੀ ਮਿਸ਼ੈਲ ਨੂੰ ਨੌਕਰੀ ਵੱਡੇ ਸ਼ਹਿਰ 'ਚ ਮਿਲੀ ਹੋਣ ਕਰਕੇ ਉਹ ਵੀਕੈਂਡ ਜਾਂ ਛੁੱਟੀਆਂ ਦੌਰਾਨ ਆਪਣੇ ਘਰ ਜਾਂਦੀ ਆਪਣੇ ਮਾਂ-ਬਾਪ ਦੀ ਇਕਲੌਤੀ ਧੀ ਹੋਣ ਕਰਕੇ ਉਹਨਾਂ ਦੇ ਨਜ਼ਦੀਕ ਵੀ ਬਹੁਤ ਸੀ ਉਹ ਹਰ ਰੋਜ਼ ਮਿਸ਼ੈਲ ਨੂੰ ਫੋਨ ਕਰ ਲੈਂਦੇ ਸਨ ਮਿਸ਼ੈਲ ਦਾ ਪੱਕੀ ਨੌਕਰੀ ਤੇ ਪੜਾਉਣ ਦਾ ਪਹਿਲਾ ਸਾਲ ਹੋਣ ਕਰਕੇ ਉਹ ਇਹਨੂੰ ਕਾਮਯਾਬੀ ਨਾਲ ਪੂਰਾ ਕਰਨਾ ਚਾਹੁੰਦੀ ਸੀ ਭਾਵੇਂ ਮਾਂ-ਬਾਪ ਨਾਲ ਉਹਦੀ ਸੀਮਤ ਜਈ ਹੀ ਗੱਲਬਾਤ ਹੁੰਦੀ ਪਰ ਗੱਲਬਾਤ ਕਰਕੇ ਉਹਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਸੀ ਕਿਉਂਕਿ ਉਹ ਉਹਨਾਂ ਨੂੰ ਬਹੁਤ ਮਿਸ ਕਰਦੀ ਸੀ ਮਿਸਿਸ ਸਕਾਟ ਦੇ ਸਾਥ ਨੇ ਉਹਨੂੰ ਕਾਫੀ ਹੱਦ ਤੱਕ ਉਹਦੀ ਮਾਂ ਦੀ ਕਮੀ ਤੋਂ ਪੂਰੀ ਹੋਣ ਦਾ ਅਹਿਸਾਸ ਕਰਵਾ ਦਿੱਤਾ ਸੀ ਮਿਸ਼ੈਲ ਖਾਸ ਦਿਨਾਂ ਤੇ ਆਪਣੇ ਬਚਪਨ ਚ ਕੀਤੀਆਂ ਚੀਜ਼ਾਂ ਨੂੰ ਮੁੱਖ ਰੱਖ ਕੇ ਆਪਣੇ ਵਿਦਿਆਰਥੀਆਂ ਨੂੰ ਵੀ ਉਹ ਕੁਝ ਕਰਵਾਉਣ ਦੀ ਕੋਸ਼ਿਸ਼ ਕਰਦੀ ਜਿਵੇਂ ਮਦਰਸ ਡੇ ਤੇ ਫਾਦਰਸ ਡੇ ਤੇ ਸਪੈਸ਼ਲ ਕਾਰਡ ਬਣਾ ਕੇ ਵਧੀਆ ਗੱਲਾਂ ਜਾਂ ਕਵਿਤਾਵਾਂ ਆਦ ਲਿਖ ਕੇ ਆਪਣੇ ਮਾਪੇ ਨੂੰ ਦੇਣਾ ਆਦ ਮਈ ਮਹੀਨੇ ਚ ਮਦਰਸ ਡੇ ਤੇ ਮਿਸ਼ੈਲ ਨੇ ਮਿਸਿਸ ਸਕਾਟ ਨੂੰ ਪੁੱਛਿਆ ਕਿ ਬੱਚਿਆਂ ਨੂੰ ਕਿਹੜੀ ਐਕਟੀਵਿਟੀ ਕਰਨ ਨੂੰ ਦੇਵੇ ਮਿਸਿਸ ਸਕਾਟ ਨੇ ਇੱਕ ਡਿਜ਼ਾਈਨ ਕੱਟ ਕੇ ਉਹਨੂੰ ਵਿਖਾਇਆ ਪਾਪ ਸਿਕਲ ਸਟਿਕਾਂ ਤੇ ਵੱਖਰੇ ਵੱਖਰੇ ਰੰਗਾਂ ਦੇ ਫੁੱਲ ਬਣਾ ਕੇ ਉਹਨਾਂ ਦੀਆਂ ਪੱਤੀਆਂ ਤੇ ਮਾਵਾਂ ਲਈ ਸੋਹਣੇ-ਸੋਹਣੇ ਸ਼ਬਦਾਂ ਚ ਲਿਖਿਆ ਹੋਇਆ ਸੀ ਜਿਵੇਂ ਮਾਂ ਤੂੰ ਦੁਨੀਆ ਦੀਆਂ ਸਭ ਮਾਵਾਂ ਤੋਂ ਵਧੀਆ ਹੈ ਮਾਂ ਤੂੰ ਖੰਡ ਵਰਗੀ ਮਿੱਠੀ ਹੈ ਆਦ ਜਦੋਂ ਉਹਨੇ ਆਪਣੇ ਕਲਾਸ ਦੇ ਬੱਚਿਆਂ ਨੂੰ ਇਹ ਇਹ ਕਰਨ ਲਈ ਕਿਹਾ ਸਭ ਨੇ ਬਹੁਤ ਖੁਸ਼ੀ-ਖੁਸ਼ੀ ਫੁੱਲ ਬਣਾਏ ਕਈਆਂ ਨੇ ਤਾਂ ਫੁੱਲ ਬਣਾ ਕੇ ਇੱਕ ਤੋਂ ਵੱਧ ਲਫਾਫਿਆਂ ਵਿੱਚ ਵੀ ਪਾਏ ਤੇ ਛੁੱਟੀ ਹੋਣ ਦੇ ਸਾਰੇ ਆਪੋ ਆਪਣੇ ਲਫਾਫੇ ਕਰਾਂ ਨੂੰ ਲੈ ਗਏ ਮਿਸ਼ੈਲ ਨੂੰ ਚੰਗਾ ਲੱਗਾ ਕਿਉਂਕਿ ਉਹ ਵੀ ਮਦਰਸਡੇ ਤੇ ਆਪਣੀ ਮਾਂ ਲਈ ਅਜੇਆ ਕੁਝ ਲਿਖਿਆ ਕਰਦੀ ਸੀ ਉਹ ਸੋਚਦੀ ਰੱਬ ਦਾ ਸ਼ੁਕਰ ਹੈ ਕਿ ਉਹਦੀ ਕਲਾਸ ਵਿੱਚ ਅਜੇਆ ਕੋਈ ਵੀ ਬੱਚਾ ਨਹੀਂ ਜੋ ਮਾਂ ਦੇ ਪਿਆਰ ਤੋਂ ਵਾਂਝਾ ਹੋਵੇ ਉਹਨੂੰ ਪਿਛਲੇ ਸਾਲ ਦੇ ਦਿਨ ਬੌਬ ਦੀ ਗੱਲ ਯਾਦ ਕਰਕੇ ਕੰਪਨੀ ਜੀ ਛੱਡ ਜਾਂਦੀ ਜਦੋਂ ਮਿਸ਼ੈਲ ਇੱਕ ਹਫ਼ਤੇ ਲਈ ਸਪੈਸ਼ਲ ਐਜੂਕੇਸ਼ਨ ਦੀ ਪ੍ਰਾਇਮਰੀ ਕਲਾਸ ਵਿੱਚ ਪੜਾਉਣ ਲਈ ਗਈ ਸੀ ਪਹਿਲੇ ਦਿਨੋਂ ਨੇ ਕਲਾਸ ਵਿੱਚ ਸਿੰਡਰੇਲਾ ਦੀ ਪੁਰਾਣੀ ਕਹਾਣੀ ਬੱਚਿਆਂ ਨੂੰ ਪੜ੍ਹ ਕੇ ਸੁਣਾਈ ਜਿਸ ਵਿੱਚ ਸਿੰਡਰੇਲਾ ਦੀ ਮਾਂ ਦੀ ਮੌਤ ਤੋਂ ਬਾਅਦ ਉਹਦਾ ਬਾਪ ਦੂਸਰਾ ਵਿਆਹ ਕਰਵਾ ਲੈਂਦਾ ਹੈ ਇੱਕ ਦਿਨ ਉਹਦੀ ਮਤਰੀ ਹੀ ਮਾਂ ਨੇ ਉਹਨੂੰ ਰਾਜਕੁਮਾਰ ਦੀ ਪਾਰਟੀ 'ਚ ਨਾ ਜਾਣ ਦਿੱਤਾ ਤੇ ਇੱਕ ਪਰੀ ਦੀ ਮਦਦ ਨਾਲ ਉਹ ਪਾਰਟੀ ਵਿੱਚ ਚਲੀ ਜਾਂਦੀ ਹੈ ਉੱਥੇ ਪਹੁੰਚ ਕੇ ਉਹ ਰਾਜਕੁਮਾਰ ਨਾਲ ਨੱਚਦੀ ਹੈ ਪਰੀ ਦੀ ਸ਼ਰਤ ਮੁਤਾਬਕ ਉਹਨੂੰ ਰਾਤ ਦੇ 12 ਵਜੇ ਤੋਂ ਪਹਿਲਾਂ ਉਡਣੇ ਰੱਥ ਤੇ ਬੈਠਣ ਦਾ ਚੇਤਾ ਆਉਣ ਤੇ ਉਹ ਕਾਲੀ ਕਾਲੀ ਆਪਣੀ ਇੱਕ ਜੁੱਤੀ ਰਾਜਕੁਮਾਰ ਦੇ ਮਹਿਲ ਵਿੱਚ ਛੱਡ ਆਉਂਦੀ ਹੈ ਜੁੱਤੀ ਦੇ ਨਾਪ ਦੀ ਮਦਦ ਨਾਲ ਰਾਜਕੁਮਾਰ ਨੂੰ ਲੱਭ ਕੇ ਉਸ ਨਾਲ ਵਿਆਹ ਕਰਵਾ ਲੈਂਦਾ ਹੈ ਬੱਚਿਆਂ ਨੇ ਇਹ ਕਹਾਣੀ ਬੜੀ ਉਤਸੁਕਤਾ ਨਾਲ ਸੁਣੀ ਦੂਸਰੇ ਦਿਨ ਉਸਨੇ ਸਿੰਡਰੇਲਾ ਦੀ ਇੱਕ ਹੋਰ ਕਹਾਣੀ ਪੜ੍ਹ ਕੇ ਸੁਣਾਈ ਜਿਸ ਵਿੱਚ ਸਿੰਡਰੇਲਾ ਦੀ ਮਤਰੀ ਮਾਂ ਉਹਨੂੰ ਇੱਕ ਕੋਕਟੇਲ ਵਿੱਚ ਜ਼ਹਿਰ ਮਿਲਾ ਕੇ ਪਿਲਾਉਣ ਦੀ ਕੋਸ਼ਿਸ਼ ਕਰਦੀ ਹੈ ਜਦੋਂ ਕਾਕਟੇਲ ਦੀ ਗੱਲ ਆਈ ਤਾਂ ਬੌਬ ਨੇ ਆਪਣਾ ਹੱਥ ਖੜਾ ਕਰ ਦਿੱਤਾ ਮਿਸ਼ੈਲ ਨੇ ਜਦੋਂ ਉਹਨੂੰ ਪੁੱਛਿਆ ਕਿ ਉਹ ਕੀ ਕਹਿਣਾ ਚਾਹੁੰਦਾ ਹੈ ਤਾਂ ਉਹਨੇ ਦੱਸਿਆ ਕਿ ਉਹ ਸਾਰੀਆਂ ਕਾਕਟੇਲ ਬਣਾ ਲੈਂਦਾ ਜਿਵੇਂ ਬਲੈਡੀ ਮੀਰੀ ਮਾਰਟੀਨੀ ਆਦ ਤੇ ਬੌਬ ਨੇ ਘੱਟੋ ਘੱਟ 5-6 ਸ਼ਰਾਬ ਨਾਲ ਬਣਨ ਵਾਲੀਆਂ ਕਾਕਟੇਲਾਂ ਦੇ ਨਾਮ ਗਿਣਾ ਦਿੱਤੇ ਸੁਣ ਕੇ ਮਿਸ਼ੈਲ ਦਾ ਮੂੰਹ ਅੱਡਿਆ ਹੀ ਰਹਿ ਗਿਆ ਤੇ ਉਹ ਬੌਬ ਨੂੰ ਪੁੱਛਣ ਲੱਗੀ ਕਿ ਤੂੰ ਸਾਰੀਆਂ ਕਾਕਟੇਲਾਂ ਦੇ ਨਾਮ ਕਿਵੇਂ ਜਾਣਦਾ ਹੈ ਬਾਬ ਕਹਿਣ ਲੱਗਾ ਮੈਂ ਆਪਣੀ ਮਾਂ ਨੂੰ ਬਣਾ ਕੇ ਦਿੰਦਾ ਰਿਆਂ 9 ਕੋ ਸਾਲ ਦੇ ਬੱਚੇ ਦੇ ਮੂੰਹੋਂ ਅਜਿਹਾ ਕੁਝ ਸੁਣ ਕੇ ਮਿਸ਼ੈਲ ਦੀ ਪੈਰਾਂ ਹੇਠੋਂ ਧਰਤੀ ਖਿਸਕ ਗਈ ਕਿਉਂਕਿ ਮਿਸ਼ੈਲ ਦੇ ਮਾਂ-ਬਾਪ ਨੇ ਤਾਂ ਹਮੇਸ਼ਾ ਉਸ ਨੂੰ ਸ਼ਰਾਬ ਨਾ ਪੀਣ ਦੀ ਹਦਾਇਤ ਕੀਤੀ ਹੋਈ ਸੀ ਆਪ ਭਾਵੇਂ ਉਹ ਕਦੇ-ਕਦਾਂ ਹੀ ਪਾਰਟੀਆਂ 'ਚ ਪੀ ਲੈਂਦੇ ਪਰਵਾਹ ਲੱਗਦੀ ਨੂੰ ਮਿਸ਼ੈਲ ਨੂੰ ਤਾਂ ਸ਼ਰਾਬ ਵਾਲੀਆਂ ਪਾਰਟੀਆਂ 'ਚ ਲੈ ਜਾਂਦੇ ਹੀ ਨਾ ਜਦੋਂ ਸਾਰੇ ਬੱਚੇ ਕਹਾਣੀ ਸੁਣਨ ਤੋਂ ਬਾਅਦ ਉਹ ਆਪਣੇ ਡੈਸਕਾਂ ਤੇ ਕੰਮ ਕਰਨ ਲੱਗ ਪਏ ਤਾਂ ਮਿਸ਼ੈਲ ਨੇ ਬੌਬ ਨੂੰ ਆਪਣੇ ਕੋਲ ਬੁਲਾ ਕੇ ਕਾਕਟੇਲ ਬਾਰੇ ਪੁੱਛਿਆ ਕਿ ਉਹ ਆਪਣੀ ਮਾਂ ਨੂੰ ਕਾਕਟੇਲ ਬਣਾ ਕੇ ਕਿਉਂ ਦਿੰਦਾ ਬੌਬ ਨੇ ਦੱਸਿਆ ਕਿ ਜਦੋਂ ਮੇਰੀ ਮਾਂ ਕਾਕਟੇਲ ਬਣਾ ਕੇ ਰਾਤ ਨੂੰ ਪਿੰਦੀ ਸੀ ਤਾਂ ਨਸ਼ੇ ਦੇ ਅਸਰ ਹੇਠ ਮੈਨੂੰ ਹੋਰ ਕਾਕਟੇਲ ਬਣਾ ਕੇ ਦੇਣ ਲਈ ਕਹਿੰਦੀ ਸੀ ਬਹੁਤੀ ਵਾਰੀ ਉਹਨੂੰ ਬਣਾਉਂਦਿਆਂ ਵੇਖਦੇ ਰਹਿਣ ਕਾਰਨ ਜੋ ਵੀ ਕਾਕਟੇਲ ਉਹ ਆਖਦੀ ਮੈਂ ਬਣਾ ਕੇ ਦੇ ਦਿੰਦਾ ਸੀ ਕਈ ਵਾਰੀ ਰਾਤ ਦੇ 12 ਵਜੇ ਤੱਕ ਮੈਂ ਉਹਨੂੰ ਕਾਕਟੇਲਾਂ ਬਣਾ ਕੇ ਦਿੰਦਾ ਰਿਹਾ ਤੇ ਤੇਰਾ ਡੈਡੀ ਉਸ ਵਕਤ ਕਿੱਥੇ ਹੁੰਦਾ ਮਿਸ਼ੈਲ ਨੇ ਪੁੱਛਿਆ ਮੇਰਾ ਕੋਈ ਡੈਡੀ ਨਹੀਂ ਹੈ ਬੌਬ ਨੇ ਕਿਹਾ ਮੇਰੀ ਮਾਂ ਦੇ ਕਈ ਬੌਏਫਰੈਂਡ ਹਨ ਜਿਨ੍ਹਾਂ ਨਾਲ ਉਹ ਕਾਕਟੇਲਾਂ ਪੀਂਦੀ ਰਹਿੰਦੀ ਸੀ ਉਹਨੂੰ ਤਾਂ ਖੁਦ ਨਹੀਂ ਪਤਾ ਕਿ ਮੇਰਾ ਡੈਡੀ ਕੌਣ ਹੈ ਮਿਸ਼ੈਲ ਕੋਲੋਂ ਬਹੁਤਾ ਨਾ ਸੁਣਿਆ ਗਿਆ ਉਸ ਦਿਨ ਸਕੂਲ ਛੱਡਣ ਤੋਂ ਪਹਿਲਾਂ ਮਿਸ਼ੈਲ ਨੇ ਬੌਬ ਵਾਲੀ ਸਾਰੀ ਗੱਲਬਾਤ ਪ੍ਰਿੰਸੀਪਲ ਨਾਲ ਕੀਤੀ ਤਾਂ ਉਹਨੇ ਕਿਹਾ ਹਾਂ ਮੈਨੂੰ ਪਤਾ ਹੈ ਇਸ ਲਈ ਤਾਂ ਬੌਬ ਬੜਨ ਚ ਬਹੁਤ ਪਿੱਛੇ ਰਹਿ ਗਿਆ ਹੈ ਹੁਣ ਉਹ ਸਪੈਸ਼ਲ ਐਜੂਕੇਸ਼ਨ ਦੀ ਕਲਾਸ ਚ ਪਾਇਆ ਹੈ ਜਿੱਥੇ ਛੋਟੇ ਗਰੁੱਪ ਵਿੱਚ ਉਹਦੀ ਵਧੇਰੇ ਮਦਦ ਕੀਤੀ ਜਾ ਰਹੀ ਹੈ ਉਹ ਬਹੁਤ ਬਹੁਤ ਹੁਸ਼ਿਆਰ ਹੈ ਹੁਣ ਉਹ ਫਾਸਟਰ ਹੋਮ ਜਿੱਥੇ ਸਰਕਾਰ ਕੋਲੋਂ ਖਰਚਾ ਲੈ ਕੇ ਮਾਪੇ ਬੱਚੇ ਪਾਲ ਸਕਦੇ ਹਨ ਵਿੱਚ ਰਹਿ ਰਿਹਾ ਹੈ ਮਿਸ਼ੈਲ ਸੋਚਦੀ ਸੀ ਕਿ ਰੱਬ ਦਾ ਸ਼ੁਕਰ ਹੈ ਕਿ ਉਹਦੀ ਕਲਾਸ ਚ ਕੋਈ ਵੀ ਬੱਚਾ ਆਪਣੀ ਮਾਂ ਦੇ ਪਿਆਰ ਤੋਂ ਵਾਂਝਿਆ ਤਾਂ ਨਹੀਂ ਹੈ ਹੋ ਸਕਦਾ ਸਭਨਾਂ ਦੇ ਸਿਰਾਂ ਤੇ ਬਾਪ ਵੀ ਹੋਣ ਜੂਨ ਦੇ ਮਹੀਨੇ 'ਚ ਫਾਦਰਜ਼ਡੇ ਦੇ 1-2 ਦਿਨ ਰਹਿੰਦੇ ਆ ਮਿਸ਼ੈਲ ਮਿਸਿਸ ਕਾਰਟਕੋਲ ਗਈ ਤੇ ਪੁੱਛਣ ਲੱਗੀ ਕਿ ਕੀ ਉਸ ਕੋਲ ਫਾਦਰਜ਼ਡੇ ਦੇ ਕਾਰਡ ਬਣਾਉਣ ਦਾ ਕੋਈ ਸੈਂਪਲ ਹੈ ਮਿਸਿਸ ਕਾਰਟ ਨੇ ਉਹਨੂੰ 2-3 ਸੈਂਪਲ ਵਿਖਾਏ ਇੱਕ ਸ਼ਰਟ ਤੇ ਟਾਈ ਵਾਲਾ ਡਿਜ਼ਾਈਨ ਮਿਸ਼ੈਲ ਨੂੰ ਪਸੰਦ ਆਇਆ ਕਿਉਂਕਿ ਉਹਨੇ ਵੀ ਇੱਕ ਵਾਰ ਇਸ ਤਰ੍ਹਾਂ ਦਾ ਕਾਰਡ ਆਪਣੇ ਡੈਡੀ ਦੀ ਫੋਟੋ ਲਗਾ ਕੇ ਫਾਦਰਜ਼ਡੇ ਤੇ ਆਪਣੇ ਪਿਤਾ ਨੂੰ ਦਿੱਤਾ ਸੀ ਉਸ ਕਾਰਡ ਨੂੰ ਵੇਖ ਕੇ ਉਹਦਾ ਪਿਤਾ ਬਹੁਤ ਖੁਸ਼ ਹੋਇਆ ਸੀ ਉਸ ਸੈਂਪਲ ਮਿਸ਼ੈਲ ਮਿਸਿਸ ਕਾਰਟ ਕੋਲੋਂ ਲਈ ਉਸ ਤੋਂ ਨੇ 25 ਕਾਰਡ ਬਣਾ ਲਏ ਤਾਂ ਕਿ ਫਾਦਰਜ਼ਡੇ ਦੇ ਸਾਰੇ ਬੱਚਿਆਂ ਨੂੰ ਇੱਕ ਇੱਕ ਕਾਰਡ ਦੇ ਸਕੇ ਫਾਦਰਜ਼ਡੇ ਵਾਲੇ ਦਿਨ ਉਹਨੇ ਸਾਰੇ ਬੱਚਿਆਂ ਨੂੰ ਦੱਸਿਆ ਕਿ ਕਾਰਡ ਕਿਵੇਂ ਰੰਗ ਕਰਨਾ ਹੈ ਤਾਂ ਕਿ ਉਹ ਵੱਖੋ ਵੱਖਰੇ ਦਿੱਸ ਸਕਣ ਕਾਰਡ ਦੇ ਅੰਦਰ ਉਹ ਆਪਣੇ ਡੈਡੀ ਦੀ ਅਸਲੀ ਫੋਟੋ ਜਾਂ ਆਪਣੀ ਫੋਟੋ ਬਣਾ ਸਕਦੇ ਹਨ ਜਾਂ ਡੈਡੀ ਬਾਰੇ ਕਵਿਤਾ ਜਾਂ ਚੰਗੀਆਂ ਗੱਲਾਂ ਲਿਖ ਸਕਦੇ ਹਨ ਸਾਰੇ ਬੱਚਿਆਂ ਨੇ ਕਾਰਡ ਬਣਾਏ ਉਹ ਕਾਰਡਾਂ ਦੇ ਅੰਦਰ ਕੁਝ ਨਾ ਕੁਝ ਲਿਖਦੇ ਵੀ ਨਜ਼ਰ ਆਏ। ਅਖੀਰ ਤੇ ਮਿਸ਼ੈਲ ਨੇ ਸਾਰਿਆਂ ਨੂੰ ਆਪ ਆਪਣੇ ਕਾਰਡ ਲੈ ਜਾਣ ਲਈ ਆਖਿਆ। ਉਹਨੇ ਸੋਚਿਆ ਸਾਰੇ ਬੱਚਿਆਂ ਨੇ ਕਾਰਡ ਆਪੂ ਆਪਣੇ ਬੈਗਾਂ 'ਚ ਪਾ ਲਏ ਹੋਣਗੇ। ਛੁੱਟੀ ਦੀ ਘੰਟੀ ਵੱਜਣ ਤੇ ਮਿਸ਼ੈਲ ਜਦੋਂ ਬੱਚਿਆਂ ਨੂੰ ਬਾਹਰ ਛੱਡ ਕੇ ਵਾਪਸ ਕਮਰੇ 'ਚ ਆਈ ਤਾਂ ਉਹਨੇ ਵੇਖਿਆ ਕਿ ਘੜ ਤੋਂ ਘੜ ਤਿੰਨ ਚਾਰ ਬੱਚਿਆਂ ਦੇ ਕਾਰਡ ਉਹਨਾਂ ਦੇ ਡੈਸਕਾਂ ਦੇ ਵਿੱਚ ਹੀ ਪਏ ਹੋਏ ਸਨ। ਮਿਸ਼ੈਲ ਨੇ ਕਾਲੀ ਕਾਲੀ ਕਾਰਡ ਇਕੱਠੇ ਕੀਤੇ ਤੇ ਭੱਜ ਕੇ ਬੱਚਿਆਂ ਨੂੰ ਫੜਾਉਣ ਦੀ ਕੋਸ਼ਿਸ਼ ਕੀਤੀ। ਪਰ ਬੱਚੇ ਜਾ ਚੁੱਕੇ ਸਨ ਉਹਨੇ ਕਾਰਡ ਆਪਣੇ ਡੈਸਕ ਤੇ ਰੱਖ ਦਿੱਤੇ ਤੇ ਸਾਰਾ ਕਮਰਾ ਦੂਸਰੇ ਦਿਨ ਲਈ ਸੈੱਟ ਕੀਤਾ ਵਾਪਸ ਜਦੋਂ ਡੈਸਕ ਤੇ ਬੈਠ ਕੇ ਦੂਸਰੇ ਦਿਨ ਪੜਾਉਣ ਲਈ ਪਲਾਨ ਲਿਖਣ ਲੱਗੀ ਤਾਂ ਉਹਦੀਆਂ ਨਜ਼ਰਾਂ ਫਾਦਰਜ਼ਡੇ ਦੇ ਕਾਰਡਾਂ ਤੇ ਪਈਆਂ ਸੋਚਣ ਲੱਗੀ ਕਿ ਬੱਚੇ ਵਿਚਾਰੇ ਆਪਣੇ ਕਾਰਡ ਭੁੱਲ ਗਏ ਹਨ ਅੱਜ ਹੀ ਤਾਂ ਫਾਦਰਜ਼ਡੇ ਹੈ ਅਚਾਨਕ ਮਿਸ਼ੈਲ ਨੇ ਕਾਰਡ ਪੜਨਾ ਸ਼ੁਰੂ ਕੀਤਾ ਇਹ ਕਾਰਡ ਮਾਈਕਲ ਦਾ ਸੀ ਉਹਨੇ ਲਿਖਿਆ ਕਿ ਮੈਂ ਤਾਂ ਆਪਣੇ ਫਾਦਰ ਨੂੰ ਕਦੇ ਵੇਖਿਆ ਹੀ ਨਹੀਂ ਮਾਂ ਦੱਸਦੀ ਹੁੰਦੀ ਸੀ ਕਿ ਉਹਨੇ ਕਿਸੇ ਸਪਰਮ ਬੈਂਕ ਤੋਂ ਮੈਨੂੰ ਲਿਆ ਹੈ ਮੈਨੂੰ ਪਤਾ ਨਹੀਂ ਕਿ ਉਹ ਕੀ ਹੁੰਦਾ ਹੈ ਇਸ ਕਰਕੇ ਮੈਂ ਇਹ ਕਾਰਡ ਇਥੇ ਛੱਡ ਕੇ ਜਾ ਰਿਹਾ ਕਾਰਡ 'ਤੇ ਅਨਸਾਰੀ ਮਿਸ਼ੇਲ ਦੀ ਬਾਕੀ ਕਾਰਡ ਪੜਨ ਦੀ ਉਤਸੁਕਤਾ ਵੀ ਵਧਣ ਲੱਗੀ ਦੂਸਰਾ ਕਾਰਡ ਟੋਨੀ ਦਾ ਸੀ ਜੋ ਕੁਝ ਦਿਨ ਪਹਿਲਾਂ ਹੀ ਕਲਾਸ 'ਚ ਆਇਆ ਸੀ ਉਹਨੇ ਲਿਖਿਆ ਕੋਈ 2 ਸਾਲ ਪਹਿਲਾਂ ਮੇਰੀ ਮਾਂ ਮੇਰੇ ਡੈਡੀ ਨੂੰ ਛੱਡ ਕੇ ਚਲੀ ਗਈ ਕਿਉਂਕਿ ਮੇਰੇ ਡੈਡੀ ਦਾ ਇੱਕ ਬੁਆਏਫਰੈਂਡ ਸੀ ਮਾਂ ਨੇ ਕੋਸ਼ਿਸ਼ ਕੀਤੀ ਕਿ ਮੇਰਾ ਡੈਡੀ ਆਪਣੇ ਬாய்ਫਰੈਂਡ ਨੂੰ ਨਾ ਮਿਲੇ ਪਰ ਉਹ ਨਾ ਹਟਿਆ ਹਰ ਹੰਬ ਕੇ ਮਾਂ ਮੈਨੂੰ ਵੀ ਡੈਡੀ ਕੋਲ ਛੱਡ ਕੇ ਚਲੀ ਗਈ ਡੈਡੀ ਦਾ ਬாய்ਫਰੈਂਡ ਸਾਡੇ ਨਾਲ ਆ ਕੇ ਰਹਿਣ ਲੱਗ ਪਿਆ ਤੇ ਕੁਝ ਕੁ ਚਿਰ ਪਹਿਲਾਂ ਉਹਨਾਂ ਦੋਵਾਂ ਨੇ ਵਿਆਹ ਕਰਵਾ ਲਿਆ ਜੇਕਰ ਮੈਂ ਇਕੱਲੇ ਕਾਰਡ ਲੈ ਗਿਆ ਤਾਂ ਦੂਸਰੇ ਡੈਡੀ ਦੇ ਨਾਰਾਜ਼ ਹੋਣ ਦੇ ਡਰੋਂ ਮੈਂ ਕਾਰਡ ਇਥੇ ਛੱਡ ਕੇ ਜਾ ਰਿਹਾ ਦੂਸਰਾ ਕਾਰਡ ਪੜਨ ਤੱਕ ਮਿਸ਼ੈਲ ਨੂੰ ਇੰਝ ਲੱਗਾ ਜਿਵੇਂ ਉਹ ਥੱਕ ਚੁੱਕੀ ਹੋਵੇ ਉਨੇ ਕਦੇ ਸੁਪਨੇ ਵਿੱਚ ਵੀ ਅਜਿਹਾ ਕਿਆਸ ਨਹੀਂ ਸੀ ਕੀਤਾ ਤੀਸਰਾ ਕਾਰਡ ਪੜਿਆ ਤਾਂ ਲਿਖਿਆ ਸੀ ਮੇਰੀ ਮਾਂ ਤੇ ਮੈਂ ਇਕੱਲੇ ਰਹਿੰਦੇ ਆ ਮੇਰੀ ਮਾਂ ਨੇ ਮੇਰੇ ਡੈਡੀ ਨੂੰ ਸਪான்ਸਰ ਕਰਕੇ ਇੱਥੇ ਮੰਗਵਾਇਆ ਸੀ ਮਾਂ ਦਸਤੀ ਹੁੰਦੀ ਕਿ ਉਹ ਕੋਈ ਤਿੰਨ ਕੁ ਮਹੀਨੇ ਬਾਅਦ ਹੀ ਮੇਰੀ ਮਾਂ ਨੂੰ ਇੱਥੇ ਛੱਡ ਕੇ ਚਲਾ ਗਿਆ ਤੇ ਜਾਣ ਲੱਗਾ ਕਹਿ ਗਿਆ ਕਿ ਮੈਂ ਤਾਂ ਸਿਰਫ ਕੈਨੇਡਾ ਲੰਘਣ ਲਈ ਹੀ ਤੇਰੇ ਨਾਲ ਵਿਆਹ ਕਰਵਾਇਆ ਸੀ ਮੈਂ ਇਹ ਕਾਰਡ ਕਿਸ ਲਈ ਲੈ ਕੇ ਜਾਣਾ ਨਾ ਚਾਹੁੰਦਿਆਂ ਵੀ ਮਿਸ਼ੈਲ ਨੇ ਚੌਥਾ ਕਾਰਡ ਪੜਨਾ ਸ਼ੁਰੂ ਕੀਤਾ ਇਹ ਕਾਰਡ ਪੁਨੀਤ ਦਾ ਸੀ ਉਹਨੇ ਲਿਖਿਆ ਸੀ ਮੈਂ ਆਪਣੇ ਡੈਡੀ ਨੂੰ ਬਹੁਤ ਪਿਆਰ ਕਰਦੀ ਸੀ 2 ਸਾਲ ਪਹਿਲਾਂ ਉਹਦੇ ਮੰਮੀ ਡੈਡੀ ਭੈਣ ਭਰਾ ਆ ਕੇ ਸਾਡੇ ਨਾਲੋਂ ਵੱਖ ਕਰਕੇ ਲੈ ਗਏ ਕਿਉਂਕਿ ਉਹ ਮੇਰੀ ਮੰਮੀ ਨੂੰ ਪਸੰਦ ਨਹੀਂ ਕਰਨ ਦੇ ਪਿਛਲੇ ਸਾਲ ਫਾਦਰਸਡੇ ਵਾਲੇ ਦਿਨ ਮੇਰੀ ਮੰਮੀ ਨੇ ਡੈਡੀ ਦੇ ਕਿਸੇ ਰਿਸ਼ਤੇਦਾਰ ਰਾਈ ਸੁਨਿਆ ਭੇਜਿਆ ਕਿ ਮੈਂ ਉਹਨੂੰ ਮਿਲਣਾ ਚਾਹੁੰਦੀ ਹਾਂ ਮੈਂ ਤੇ ਮੇਰੀ ਮਾਂ ਸਾਰਾ ਦਿਨ ਮੈਕਡੋਨਲਡ ਰੈਸਟੋਰੈਂਟ ਚ ਡੀਕ ਕੇ ਸ਼ਾਮ ਨੂੰ ਘਰ ਆ ਗਈਆਂ ਉਹ ਨਾ ਆਇਆ ਬਾਅਦ ਚ ਪਤਾ ਲੱਗਾ ਕਿ ਆਪਣੇ ਭਰਾਵਾਂ ਨੂੰ ਲੈ ਕੇ ਨਿਆਗਰਾ ਫਾਲਸ ਗਿਆ ਹੋਇਆ ਸੀ ਇਸ ਸਾਲ ਮੈਂ ਉਹਨੂੰ ਮਿਲਣ ਨਹੀਂ ਜਾਣਾ ਚਾਹੁੰਦੀ ਇਸ ਲਈ ਕਾਰਡ ਨਹੀਂ ਲੈ ਜਾ ਰਹੀ ਮਿਸ਼ੈਲ ਨੇ ਸੋਚਿਆ ਕਿ ਅੱਜ ਜੋ ਕੁਝ ਵਾਪਰਿਆ ਹੈ ਜਾ ਕੇ ਮਿਸਿਸ ਸਕਾਟ ਨੂੰ ਦੱਸੇ ਜਦੋਂ ਉਹਦੇ ਕਮਰੇ 'ਚ ਗਈ ਤਾਂ ਉਹ ਜਾ ਚੁੱਕੀ ਸੀ ਮਿਸ਼ੈਲ ਆਪਣੇ ਕਮਰੇ 'ਚ ਵਾਪਸ ਆ ਕੇ ਡੈਸਕ ਤੇ ਸਿਰ ਰੱਖ ਕੇ ਬੈਠ ਗਈ ਇਓ ਸਭ ਪਹਿਲਾ ਦਿਨ ਸੀ ਜਦੋਂ ਅਜੇ ਆਪਾਟ ਨਾ ਪੜਾ ਸਕੀ ਜਿਸ ਵਿੱਚ ਸਾਰੇ ਬੱਚੇ ਸ਼ਾਮਲ ਕੀਤੇ ਜਾ ਸਕਣ ਘਰ ਜਾ ਕੇ ਉਸਨੇ ਮਿਸਿਸ ਸਕਾਟ ਨੂੰ ਫੋਨ ਤੇ ਜਦੋਂ ਦਿਨ ਵੇਲੇ ਵਾਪਰੀ ਘਟਨਾ ਦੱਸੀ ਤਾਂ ਕਹਿਣ ਲੱਗੀ ਮਿਸ਼ੈਲ ਇਸ ਕਰਕੇ ਕੁਝ ਸਾਲਾਂ ਤੋਂ ਫਾਦਰਜ਼ਡੇ ਤੇ ਬੱਚਿਆਂ ਨੂੰ ਕਾਰਡ ਬਣਾਉਣ ਜਾਂ ਕੁਝ ਸਪੈਸ਼ਲ ਕਰਨ ਲਈ ਨਹੀਂ کہہ ਰਹੀ ਕਿਉਂਕਿ ਸਮਾਂ ਬਦਲ ਚੁੱਕਾ ਹੈ ਮੈਨੂੰ ਤਾਂ ਖੁਦ ਨਹੀਂ ਪਤਾ ਲੱਗਦਾ ਕਿ ਸਾਰੇ ਬੱਚਿਆਂ ਨੂੰ ਸ਼ਾਮਲ ਕਰਨ ਲਈ ਕੀ ਕੀਤਾ ਜਾਵੇ ਉਹਨ ਤਾਂ ਬਹੁਤ ਕੁਝ ਬਦਲਣਾ ਪਏਗਾ ਫਿਰ ਤਾਂ ਫਾਦਰਸਡੇ ਦਾ ਨਾਮ ਵੀ ਬਦਲ ਦੇਣਾ ਚਾਹੀਦਾ ਹੈ ਅੱਗੇੋਂ ਮਿਸ਼ੈਲ ਬੋਲੀ ਧੰਨਵਾਦ